vamos muy probable con más adrenalina y medidas de seguridad de vida con agua. Se le va a adrenalina con agua. Se le va a adrenalina con agua. Vale, ande, con agua, y ande, 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 y بے اولادن و اولاد کرینا جو صاحب اولادن اولاد و نیک اور صالح بنا والدین کے نصیب فرما حالات نازل کن سیرت دی حفاظت فرما حضر ناری دی حفاظت فرما مالک وارش کے ہوندے سب وارش کر زندگی کو سارے حقیقی وارش امام زمانہ میں جائے اللہم صلی اللہ محمد و آل محمد نعرہ تکبیر نعرہ رسالت وارث سمجھ کے ہاتھ بلند کر کے پورے کلیجے کی طاقت نال بازو بلند ہوئے نجف کی دیواروں تک صدا جاوے حیدری حسینیت بڑی محنت کے نام حسینیت یزیدیت اہل بیت دشمن کلان بطول دے دشمن کلان بطول دے بابے دے دشمن کلان بابا زے بلند صلوات مجلس کی قبولیت واسطے ایسی صلوات پڑھو وارث میرے اوپر اعتراض ماشاء اللہ ولا حول ولا قوة الا بالله العلي العظيم اعوذ بالله من الشیطان الرجیم بسم اللہ الرحمن الرحیم قرآن دی ابتدا تے صلوات صاحب تاج والمعراج والبرا کیول علم اسم عمر برہم قدس مرفوع منقوش فی اللوح والقلم احمد المصطفیٰ Thank you.
কয় নাই মোহাম্মদ হিকত হি আই। আজা মোহাম্মদ কফন মেলা নাই হয়া পিও দে মিম্বর দে সামনে কড়িয়া দিয়ে হে কতল হুসাইন। ਸਮਝ ਆਵੇ
ਨਹੀਂ ਕਬੂਲ ਹੁੰਦੀ ਹੈ ਜਿਹੜੀ ਰੋਂ ਦੀ ਅੱਖੀ ਨਾਲ ਮੰਗੀ ਹੋਵੇ। ਥੋੜੀ ਜਿਹੀ ਸ਼ੈਤ ਦੀ ਇੱਜ਼ਤ ਦਾ ਤਾਰੋ ਕਰਾਂ, ਸ਼ੈਤ ਕਿਤਨੀ ਇੱਜ਼ਤ ਦੀ ਮਾਲਿਕ ਹੈ, ਇਹ ਸ਼ੈਤ ਦਰਬਾਰ ਚ ਕਿਉਂ ਗਈ? ਪਰ ਸ਼ੈਤ ਖਾਲੀ ਜੋ ਬੱਲੀ ਤਸਵੀ ਕਿਉਂ ਨਹੀਂ ਪੜ ਸਕਦੀ? ਤਾਰੀਖ ਜਾਣਨ ਵਾਲੇ ਪੜ੍ਹੇ ਲਿਖੇ ਅਜ਼ਾਦ ਡਾਕਟਰ ਮਜਲਿਸ ਬੈਠੇ, ਮੁਖਤਾਰ ਬੈਠੇ, ਮਾਸਟਰ ਬੈਠੇ, ਪੜ੍ਹੇ ਲਿਖੇ ਚਿਹਰੇ ਮੇਰੇ ਸਾਹਮਣੇ ਬੀਬੀ ਦੀ ਮਾਂ ਦਾ ਤਾਰਫ ਸਾਰਿਆਂ ਨੂੰ ਮਲੀਕਤ ਲੜਾ ਪੂਰਾ ਅਰਬ ਦਾ ਮਕਰੂਲ ਹੈ। 1000 ਉਹ ਸਮਾਨ ਤਜਾਰਤ ਦਾ ਜਿਹਦੇ ਘਰ ਤੋਂ ਡੇਲੀ ਮੁਖਤਲਿਫ ਮੁਲਕਾਂ ਤਜਾਰਤ ਵਾਸਤੇ ਨਿਕਲਦਾ ਹੈ। ਇਹਦੀ ਅਮੀਰ ਸਾਇਨ ਜਿਹਦੇ ਦਸਤਰਖਾਨ ਅਤੇ ਮਸਕੀਨਾਂ ਨੂੰ ਖਾਣਾ ਸੋਨੇ ਦੇ ਬਰਤਨ 'ਚ ਮਿਲਦਾ ਹੈ, ਕਦੀ ਸਾਇਨ ਝੂਠੇ ਬਰਤਨ ਧੋਹਿੰਦੀ ਨਹੀਂ, ਦਸਤਰਖਾਨ ਅਤੇ ਖਾਣਾ ਖਾਣ ਵਾਲੇ ਨੂੰ ਖੈਰਾਤ ਦਿੰਦੀ ਹੈ। ਲੇਕਿਨ ਜਿਹੜੇ ਪਾਕ ਨਬੀ ਨਾਲ ਕੀਤਾ ਸੀ ਆਪਣੇ ਸ਼ੌਹਰ ਦੀ ਇੱਜ਼ਤ ਦੀ ਖਾਤਰ ਲੋਕਾਂ ਨੂੰ ਕਰਜ਼ੇ ਮਾਫ ਕਰਨ ਦੀ ਗਈ ਅਤੇ ਕਲਮਾ ਪੜ੍ਹਨ ਦੀ ਗਈ, ਕਿੰਨਾ ਕਰਜ਼ਾ ਮਾਫ ਕਰਾ ਕੇ ਦੀਨ ਕਬੂਲ ਕਲਮਾ ਨਬੀ ਦਾ ਪੜ੍ਹਿਆ। ਇਹ ਸੈਨ ਮੁਹੰਮਦ ਦੇ ਘਰ 25 ਸਾਲ ਦਾ ਅਰਸਾ ਹੈ, ਅੱਗੇ ਇਕਤਦਾਰ ਸਮਝ ਆਵੇ ਤਾਂ ਇੰਤਹਾ ਦਾ ਪਤਾ ਲੱਗਦਾ ਹੈ। ਔਰ ਮੈਂ ਕੋਸ਼ਿਸ਼ ਕੀਤੀ ਹੈ ਮਤ ਕੁਰਾਨੇ ਵਿੱਚ ਜਿਤਨੇ ਮਸਾਇਬ ਪੜ੍ਹਨਾ ਮੈਂ ਪਹਿਲੇ ਇੱਕ ਜੁਮਲਾ ਵਸਤੇ ਵੇਲੇ ਦਾ ਜ਼ਰੂਰ ਮੈਂ 6ਵੇਂ ਲਾ ਵਿਲਾਇਤ ਫਰਮਾਨ ਪੜ੍ਹਿਆ ਵੀ ਸਾਡੀ ਮਾਰਫਤ ਸਾਡੀ ਸ਼ਾਨ ਸਾਡੇ ਫਲਾਇਲ ਅਜ਼ਾਦਾਰ ਜ਼ਿਆਦਾ ਨਾ ਰੋਵੇ ਇਤਨਾ ਰੋਵੇ ਕਿ ਇੱਕ ਆਂਸੂ ਹੈ ਉਹ ਇਤਨਾ ਕੀਮਤੀ ਅਗਰ ਜਹੰਨਮ ਵਿੱਚ ਸ਼ਿਫਤ ਜਹੰਨਮ ਦਾ ਰਜੂਦ ਮੁੱਕ ਫਿਰ 25 ਸਾਲ ਦੇ ਅਰਸੇ 'ਚ ਜਿਤਨਾ ਅਰਸਾ ਸੈਣ ਖਤੀਜਾ ਪਾਕ ਨਬੀ ਦੀ ਦੌਜਾ ਰਹੇ ਨਬੀ ਦੁਆ ਹੱਕ ਨਹੀਂ, ਇਹ ਇੱਕੋ ਹੱਕ ਆਈ, ਇਹ ਇੱਕੋ ਰਿਸ਼ਤਾ ਆਈ ਜਿਹੜਾ ਨਬੀ ਤੁਰ ਕੇ ਦਰਵਾਜ਼ੇ 'ਚ ਗਿਆ, ਬਾਕੀ ਰਿਸ਼ਤੇ ਦੇ ਮਨ ਹੱਥ ਆਏ। ਖਤੀਜਾ ਦਾ ਰਿਸ਼ਤਾ ਨਮਨ ਮੋਹਿੰਦਾ 25 ਸਾਲ ਦੇ ਅਰਸੇ 'ਚ ਮੇਰੀ ਇਹ ਸੈਣ ਕਦੀ ਸਵਾਲ ਨਹੀਂ ਕੀਤਾ, ਬਲਕਿ ਇਤਨੀ ਅਮੀਰ ਖਾਤੂਨ ਜਿਹਦਾ ਪੂਰਾ ਅਰਬ ਮਕਰੂਲ ਹੈ ਪਾਕ ਨਬੀ ਦੇ ਘਰ ਵਿੱਚ, ਇਹ ਸੈਣ ਬੜੇ ਦੁੱਖ ਵਿੱਚ ਵੱਡਾ ਦੁੱਖ। 3 ਸਾਲ 6 ਪਿਆ ਵੀ ਕਾਲੇ ਵਿੱਚ ਮੇਰੇ ਸੈਣ ਦਰਖਤਾਂ ਦੇ ਪੱਤੇ ਖਾਂਦੇ, ਇਤਨੇ ਪੱਤੇ ਖਾਦੇ ਦਰਖਤਾਂ ਦੇ ਜਿਹੜੇ ਅਮੀਰ ਘਰ ਤੋਂ ਆਏ ਬੈਠੇ ਹੋ ਚਿਹਰੇ ਤੇ ਸਬਜ਼ੀ ਜ਼ਾਹਿਰ ਹੋ ਗਈ, ਨੁਕਸਾਰ ਸਭ ਲੋਕ ਹੈ ਤੇ ਮੈਂ ਅੱਖਾਂ ਨਾਲ ਬਹਿਤਾ ਪੜੀ ਦਰਖਤਾਂ ਦੇ ਪੱਤੇ ਜਿਤਨੇ ਬਜ਼ੁਰਗ ਆਏ ਬੈਠੇ ਹੋ ਜਿੱਦਾਂ ਆਈ ਆਈ ਜਿਹੜੀਆਂ ਨੌਕਰਾਨੀਆਂ ਉਹਨਾਂ ਦੇ ਕੱਪੜਿਆਂ 'ਚ ਹਰੀਰ ਸ਼ਾਮਿਲ ਹੈ, ਹਰੀਰ ਦੀ ਵਧੇ ਸਮਝ ਆਈ ਜਵਾਨਾਂ ਨੇ ਨੌਕਰਾਨੀਆਂ ਦੇ ਕੱਪੜਿਆਂ 'ਚ ਸੋਨੇ ਦੀਆਂ ਤਾਰਾਂ, ਇਹ ਹਾਈ ਵਸਦਾ ਵੇਲਾ ਖਦੀ ਦਾ ਮਾਵਾਂ ਬਹਿਣਾ ਸਹੀ ਆਜ਼ਾਦੀਆਂ ਜਿਹੜੇ ਆਖਰੀ ਟਾਈਮ ਆਇਆ ਸੀ ਮੁਹੰਮਦ ਦੀ ਝੋਲੀ ਦੇ ਸਾਰੇ ਚਿਹਰਾ ਸਾਬਦੇ ਜਿਹੜਾ ਬਦਨ ਤੇ ਲਿਬਾਸ ਆਈ ਕੋਈ ਜਗ੍ਹਾ ਐਸੀ ਨਾ ਆਈ ਜਿੱਥੇ ਖੱਜੀ ਦਾ ਪ੍ਰਬੰਧ ਨਾ ਹੋਵੇ। ਅਮੀਰੀ ਜਹਿਨ ਰੱਖ ਪਾਵੇ ਅੱਜ ਤੁਰਦੇ ਵੇਲੇ ਦੀ ਗੁਰਬਤ ਜਹਿਨ ਰੱਖੇ ਕੋਈ ਜਗ੍ਹਾ ਐਸੀ ਨਾ
کرتا سے دا آخری ٹائم میں یہ دنیا پہ چھڑے دی پاک نبی یہ سارے احسان خدیجہ نے دسے آئی آنے امیرہ میں آج جردی پہ تا غربت دی ہر دے آئی آنے تو سونا شامل آئی آج کھجور دے پیوان دے میں محمد دے گھارے چرائے سارا مال اللہ دے دین دے خرچائی میں نبی دے گھر بڑے دکھ دکھے نہیں یہ تھوڑا دکھ کے جو تہترائے سال درختن دے پتے کھا دے آج ہے تیرا آخری ٹائم میں ہاں تیرا شوہر میری حسرت ہے اتنی جو قربانیاں دتی نہیں آج کچھ مانگ میں کائنات کا مالک تن دیوا آمن پرالے جڑا بندہ ساری زندگی نہیں رونا ایڈا احساس کی تا اپنے شوہر کی غربت کا آج یہ یا نبی تیری زوجہ بنیا مینو مال یاد نہیں رہا تیرے گھر اللہ مینو سلا دیتا ہے اے زہرا دھی اس عید رشتے نال میں یار امام دی ماں بن کے دنیا تو پی وی کمی مینو کہیں شاید ہی نہیں رہی جو میں تے جے سردار دی زوجہ بنیا تے اللہ مینو او دھی دیتی ہے جن رشتے نال میں یار امام دی ماں بن گئی ہاں مینو ضرورت نہیں تم نبی ہیں تو ان جو آخیا مانگ تو پھر کوئی راز ہے میں منگا عمل کر سے نبی فرمایا آخا جو آپ سائنا دیے بات احسان کرے میں نو کفن نہ دے انہاں بندیاں دی معرفت تے عقیدہ بلند ہے انہاں دی ہائے نکل گئی ہے میں نو اس چولے نال دفنا ہے میرے بان کے میری دھی روے ضروری ہے میں تیرے روامن واسطے سخت پڑا ساری ماں کی نصیحت میرے بان میری زہرا روے نے میری دھی نہ روے حسین کی مارا کہ عباس کے اللہ میرے سامنے حوصلے نال صلاح اولاد کا غم نہ دیکھو مظلوم ہے جو سپیکر تے ذاکر نہیں ڈس سکتا اے دی عزت علی نو رلایا کہیں اے دی عزت علی نو خالی کہیں ولایا اے دی عزت علی دا ہاتھ کہیں اے بڑا رونا ہے علی دی اندھیاں تیرا گریہ قبول کرے ماں حسین دی قدر تے راضی ہوے یار بڑے تو محنت دی قدر کرن والے لوگ کتنی داڑیاں نال محنت کراں تے بڑا سفر کرنا اکے نہیں میں پریشان نہیں ہوندا جڑے تو سب خاموش ہو کے میرے لفظ سن رہے ہو کتابت وچ کہ خاموشی تمیز وچ کر رہی ہے تے لوگ کلا توجہ نال سن رہے ہیں ہاں یہ بہت چنگی ہوتی ہے جڑی ذہن نشین ہو کے اچھی کاری چھواوے جڑی ہاں پردے وچ بیٹھی ہوئی مال تک چنگی لگے جڑی ہاں حسین دے زخم دا مرہم بنے بناوٹ دی ہاں اچھی نہیں عزادار ہو ماتمی ہو خیرت مند لوگ ہو یار تاری تھوڑی گئے رہتے حسین دیا بہنہ جو جنگا لے سے تو سل دیا لے کے نہیں رہتے تو آتا ہی تھی آکے چپ کر کے باہر نہیں بڑی بات آتے تو آتا بیٹھا رہا نہیں بات آتے علی دیا دیا تو آتے درازی ہوں حسین دی مال تر قید مطار نہ کرے چھے سال در سامنے یتیم ہوئی میری سائن دی کل زندگی آئی سے 18 سال چند مہینے یعنی پیو تو بعد 75 دن زندہ رہے اس دلیل نال کتب وچ ملدا ہے بھائی 12 سال یتیم
ਮੋਮਨ ਤੋਂ ਬਾਅਦ ਜਿਹੜਾ ਵਕਤ ਗੁਜ਼ਾਰਾ ਸੀ ਉਹ ਪਿਓ ਨਾਲ ਗੁਜ਼ਾਰਾ ਸੀ। ਅਮਾ ਐਸਾ ਰਿਵਾਇਤ ਕਰਦੀ ਹੈ ਤਿਰਮਿਜ਼ੀ ਸ਼ਰੀਫ ਵਿੱਚ, ਸੁਨੀ ਸ਼ੀਆ ਭਾਈਓ, ਅੱਗੇ ਵਿਹੜੇ ਚ ਬਤੂਲ ਦੀ ਬੜੀ ਇੱਜ਼ਤ ਹੈ। 6 ਸਾਲਾਂ ਦੀ ਆਈ ਜਿਹੜੇ ਪਿਓ ਦੇ ਗੁਜ਼ਰੇ ਜਾਂਦੀ ਹੈ, ਮੁਹੰਮਦ ਤੋਂ ਕੁਰਸੀ ਛੋਟੋ ਹਾਂ ਵਾਸੇ ਚ ਨਹੀਂ ਹੈ ਹਰ ਬੰਦੇ ਦੇ ਵਾਸੇ ਚ ਉੱਠੀ ਕੇ ਧੀ ਦਾ ਮੱਥਾ ਚੁੰਮਿਆ ਤੇ ਸੈਣਾ ਕਿਹਾ ਬਾਬਾ ਨਾ ਉੱਠਿਆ ਕਰ ਮੈਨੂੰ ਸ਼ਰਮ ਆਉਂਦੀ ਹੈ। ਪੈਗੰਬਰ ਫਰਮਾਇਆ ਬੇਟਾ ਬਤੂਲ ਮੇਰੇ ਉੱਠੀਵਣ ਦਾ ਪਤਾ ਮੇਰੇ ਬਾਦ ਚ ਬਾਬਾ ਉੱਠੀ ਕੇ ਮੇਰੀ ਤਾਜ਼ੀਮ ਕਿਉਂ ਕਰਦਾ ਹਾਂ, ਭੈਣਾਂ ਦੇ ਨਸੀਬ ਹੋਵੇ ਮਾਂ ਪਿਓ ਦੇ ਨਸੀਬ ਹੋਵੇ ਮੈਂ ਤੇਰੀ ਇੱਜ਼ਤ ਸਮਾ ਮੈਨੂੰ ਦੱਸ ਪਿਆ ਜੋ ਮੇਰੀ ਇਹ ਧੀ ਕਿਤਨੀ ਅਜ਼ਮਤ ਦੀ ਮਾਨ ਲੈਂਦੀ। ਦੋ ਹੀ ਰਿਵਾਇਤ ਦਰਵਾਜ਼ੇ ਤੇ ਆ ਕੇ ਪੂਰੇ 12 ਸਾਲ ਰੁਕ ਬਣੇ ਆਇਆ ਤੇ ਤਕਹੀਰ ਪੜਿਆ ਇਨਮਾ ਯੁਰੀਦੁਲਲਾਹ ਵਲਯੁਜ਼ਹਿਬਾ ਅਨਕੁਮ ਅਰ-ਰਿਜ਼ਾ ਅਹਲਲ ਬੈਤ ਵਲਯੁਤਹਿਰਕੁਮ ਤਤਹੀਰਾ। ਧੀ ਇਜਾਜ਼ਤ ਹੈ ਮੈਂ ਤੇਰਾ ਮਨ ਯਾਰ ਮੁਹੰਮਦ ਦੀ ਸ਼ਰੀਅਤ ਪਿਓ ਧੀ ਦਾ ਫਰਜ਼ ਹੈ। ਧੀ ਨੂੰ ਆਖਿਆ ਇਜਾਜ਼ਤ ਹੈ ਮੈਂ ਲੱਗਾ ਵਾਂ, ਰੋ ਕੇ ਆਖਿਆ ਬਾਬਾ ਤੂੰ ਨਬੀ ਹੈ ਤੇਰੇ ਤੋਂ ਕਾਇਨਾਤ ਨੂੰ ਪਰਦਾ ਨਹੀਂ ਮੈਂ ਤੇਰੀ ਧੀ ਹਾਂ। ਬਾਬਾ ਕਿਉਂ ਰੁਕਣਾ ਹੈ, ਕਿਉਂ ਕੁਰਾਨ ਦੀ ਆਇਤਾਂ ਪੜ੍ਹਨਾ, ਕਿਉਂ ਤਕਹੀਰ ਵਾਲੀ ਆਇਤ ਪੜ੍ਹਨਾ। ਬਾਬਾ ਸਿੱਧਾ ਆਇਆ ਕਰ, ਰੋ ਕੇ ਆਖਿਆ ਤੇਰੇ ਦਰਵਾਜ਼ੇ ਦੀ ਇੱਜ਼ਤ ਮੈਂ ਜ਼ਮਾਨੇ ਨੂੰ ਬਦਲ ਸਕਦਾ ਮੇਰੇ ਬਾਦ ਜ਼ਮਾਨੇ ਨੂੰ ਪਤਾ ਹੋਵੇ ਆਮ ਦਰਵਾਜ਼ਾ ਨਹੀਂ ਇੱਥੇ ਮੁਹੰਮਦ ਰੁਕ ਕੇ ਇਜਾਜ਼ਤ ਲੈ ਜ਼ਹਿਰ ਮਿਲਾ ਮੇਰੇ ਨਾਲ ਸਫ਼ਰ ਕਰ। 73 ਜ਼ਹਿਨ ਵਿੱਚ ਰੱਖੋ, 10 ਦਿਨ ਤੱਕ ਰੋਮਣ ਵਾਸਤੇ 70 ਕਾਫੀ ਹੈ। ਤੈਨੂੰ ਘਰ ਬੈਠੇ ਲੰਬ ਯਾਦ ਅਸਲ ਤੇਰੀ ਆਇਤ ਨਿਕਲ ਸਾਰਿਆਂ ਦਾ ਤਾਰੀਖ ਨਾਲ ਮੁਤਾਬਿਕ ਮੈਂ ਅਕਲੇ ਕੋਲ ਨਹੀਂ ਜੋ ਮੈਂ ਦੱਸ ਰਿਹਾ ਤੁਮਾਰ ਦੀ ਝੋਲੀ ਤੋਂ ਅਦਾਦਾਰ ਹੈ। 28 ਸਫ਼ਰ ਨੇ ਪਾਕ ਨਬੀ ਦੀ ਵਫਾਤ ਆਖਰੀ ਟਾਈਮ ਮੁਹੰਮਦ ਸਖ਼ਤ ਮਰਜ਼ ਤਾਰ ਲਿਆ ਆਖਰੀ ਵੇਲੇ ਪਿਓ ਦਾ ਸਾਰਾ ਹੀ ਧੀ ਦੀ ਝੋਲੀ ਵਿੱਚ ਮਲਕਰ ਮੌਤ ਦਰਵਾਜ਼ੇ ਤੇ ਆਏ। ਸੁਨੀ ਸ਼ੀਆ ਭਾਈਓ ਦਕੁਲ ਬਾਪ ਕੀ ਤਸਵੀਰ ਆਲ ਨਬੀ ਇਜਾਜ਼ਤ ਦਿਓ ਮੈਂ ਮੁਹੰਮਦ ਨੂੰ ਮਿਲਣਾ। ਉਹ ਅਕੀਦਾ ਹੀ ਗਲਤ ਉਸ ਬੰਦੇ ਦਾ ਜਿਹੜਾ ਆਪਦੇ ਹੁਸੈਨ ਨੂੰ ਪਤਾ ਨਹੀਂ ਕੌਣ ਹੈ। ਅਲਮਾਂ ਦੇ ਦਰਮਿਆਨ ਖੜਾ ਬਤੂਲ ਆਈ ਆਲਮਾ ਗੈਰੇ ਮੁਅਲਮਾ ਹੈ ਤਾਇਰਾ ਹੈ ਸਦੀਕਾ ਹੈ ਪਿਓ ਦਾ ਸਰ ਝੋਲੀਏ ਚ ਨਹੀਂ ਬੈਠੀਏ ਤੇ ਧੀਮੇ ਲਹਿਜੇ ਨਾਲ ਆਖਿਓ ਮਲਕਲ ਮੌਤ ਵੱਲ ਵੱਲ ਮੇਰਾ ਪਿਓ ਬਿਮਾਰ ਹੈ ਮੇਰੇ ਬਾਬੇ ਦੇ ਮਿਲਣ ਦਾ ਵਕਤ ਨਹੀਂ। ਮਿਹਰਬਾਨੀ ਜ਼ਰੂਰ ਕਰੋ ਮੈਂ ਕਹਿ ਨਬੀ ਦੇ ਦਰ ਤੇ ਨਹੀਂ ਮੈਂ ਕਿਸੇ ਸੈਨ ਦੇ ਦਰਵਾਜ਼ੇ ਤੇ ਨਹੀਂ ਰੁਕਾ ਭਾਵੇਂ ਕਹਿ ਨਬੀ ਦੀ ਧੀ ਆਈ ਭਾਵੇਂ ਕਹਿ ਨਬੀ ਦੀ ਜ਼ੌਜਾ ਪਹਿਲਾ ਤੇਰਾ ਦਰਵਾਜ਼ਾ ਹੈ ਮੈਨੂੰ ਅੱਲਾ ਸਖਤੀ ਨਾਲ ਮਨਾ ਕੀਤਾ ਹੈ ਜਦ ਤੱਕ ਮੇਰੀ ਬਤੂਲ ਇਜਾਜ਼ਤ ਨਾ ਦੇਵੇ ਤੈ ਨਹੀਂ ਮੰਨਣਾ ਹਾਏ ਤਾਂ ਨਿਕਲੀ ਹੈ ਨਾ ਇਸ ਦਰਵਾਜ਼ੇ ਦੀ ਇੱਜ਼ਤ ਕਿਤਨੀ ਮੇਰੀ ਬਤੂਲ ਤੂੰ ਇਜਾਜ਼ਤ ਲੈ ਮੇਰੀ ਖਾਸ ਕਨੀਜ ਸੈਯਦਾ ਇਜਾਜ਼ਤ ਦੇਵੇ ਤਾਂ ਅੰਦਰ ਮੰਨੇ ਰੁਣੀ ਹੈ ਪਿਓ ਦੇ ਚਿਹਰੇ ਤੇ ਹੰਝੂ ਰੱਖੀਆਂ ਸੈਯਦਾ ਦੀਆਂ ਤੜਕ ਕੇ ਨਬੀ ਉੱਠੇ ਸੈਯਦਾ ਮੇਰੇ ਜੀਦਿਆਂ ਪੈਰ ਵਾਲੇ ਬਾਬਾ ਮਲਕਲ ਮੌਤ ਦਰਵਾਜ਼ੇ ਤੇ ਉੱਚਾ ਬੋਲਿਆ ਰੋ ਕੇ ਆਖਿਆ ਸਿਆ ਲਈ ਅੰਦਰ ਲਾਇਆ ਮਲਕਲ ਮੌਤ ਆਇਆ ਅਮਦਪੁਰ ਵਾਲੇ ਮੁਹੰਮਦ ਇਤਨਾ ਰੁਨੇ ਇਤਨਾ ਰੁਨੇ ਦਾੜੀ ਕੁਸ ਕੇ ਧੀਆਂ ਨੇ ਰੋ ਕੇ ਆਖਿਆ ਬਾਬਾ ਜੇ ਨਾ ਹੀ ਰੋਕਣਾ ਮੈਂ ਮਾਫੀ ਮੰਗਦਾ ਮੁਹੰਮਦ ਫਰਮਾਇਆ ਤੇਰੇ ਰੋਕਣ ਨੂੰ ਨਹੀਂ ਰੁਕਣਾ ਇਹਦੇ ਖਲੋਣ ਨੂੰ ਨਹੀਂ ਰੁਕਣਾ ਬਾਬਾ ਰੋਕਦਾ ਕਿਉਂ ਹੈ ਨਬੀ ਫਰਮਾਇਆ ਮੇਰਾ ਆਖਰੀ ਟਾਈਮ ਹੈ ਇਹ ਗੱਲ ਪਈ ਰੋਂਦੀ ਹੈ ਅੱਲਾ ਤੇਰੀ ਇਸਦੀ ਇਤਨੀ ਇੱਜ਼ਤ ਬਣਾਈਏ ਜੋ ਤੇਰੇ ਦਰਵਾਜ਼ੇ ਤੇ ਅੱਜ ਮਲਕਲ ਮੌਤ ਰੁਕ ਗਿਆ ਹੈ ਕੁਝ ਦਿਨਾਂ ਤੋਂ ਬਾਅਦ ਮੇਰਾ ਕਫਨ ਮੇਲਾ ਨਾ ਹੋ ਸੀ ਤੇਰਾ ਇਹੋ ਦਰਵਾਜ਼ਾ ਹੋ ਸੀ 40 ਬਦਮਾਸ਼
tere tänavale teaki otsakule seere täna viio tea terdesse lapsi ja baba pane utele aloe aleini ja tiga raasi jome tässä ja taasi ja kalla tets vera isara karna ta chacha kaadu bhaakku manu taina me saatta nei kada kar kain ta te lukha ove ta me hat pa dekha iyo darwaza osi fauja si sadi hat naal tasbi na pad sakshe tera mohsin putr shaheed hoye shi ho gayi paigambar ki wafat ye wo haq la manai darbar adani chakra na man ghar kis hai ke kare liye padak chand khadiya rahmatul lil alamin ki dhiyan ਮਿੰਬਰ ਦੀ ਕਸਮ ਇਹ ਸਾਡੀ ਬਨਾਵਟ ਨਹੀਂ ਇਹ ਮਨ ਗ੍ਰਤ ਕਿੱਸਾ ਨਹੀਂ ਕਹਿ ਸੈਂ ਤੋਂ ਪੁੱਛਿਆ ਕਿ ਵੀ ਕਿਉਂ ਗਿਆ ਦਰਬਾਰ ਜਿਹਨੇ ਉਹਨਾਂ ਹੱਕ ਨਹੀਂ ਦਿੱਤਾ ਤੂੰ ਸਮਝਿਆ ਹੀ ਨਾ ਸੈਂ ਫਰਮਾਇਆ ਜੇ ਮੈਂ ਹੱਕ ਲਵਾਂ ਨਾ ਆਏਗੀ ਕਿਆਮਤ ਤੱਕ ਕੋਈ ਪਿਓ ਆਪਣੇ ਧੀ ਨੂੰ ਹੱਕ ਨਾ ਦੇਵੇ ਜਿਹੜੇ ਧੀਆਂ ਨੂੰ ਘਰੋਂ ਇੱਜ਼ਤ ਨਾਲ ਤੁਰੇਂਦੇ ਹੋ ਪੁੱਤਰ ਦੀ ਹੱਥ ਜਾਇਦਾਦ ਜਿਹੜੇ ਵੰਡ ਕੇ ਦਿੱਤੇ ਸੈਨ ਆਲੀਏ ਜੇ ਮੈਂ ਨਾ ਮੈਂ ਹਲੋ ਅਲੀ ਦੀਆਂ ਧੀਆਂ ਤੇਰੇ ਤੇ ਰਾਜ਼ੀ ਹੋ ਸੱਚਾ ਪੁੱਤਰਾਂ ਦਾ ਕੋਈ ਗਮ ਨਾ ਦੇਖੇ ਔਲਾਦ ਦਾ ਕੋਈ ਗਮ ਨਾ ਦੇਖੇ ਕਿਆਮਤ ਤੱਕ ਜਿਹੜੇ ਧੀਆਂ ਦਾ ਹੱਕ ਦੇਵੇ ਸਾਡੇ ਸ਼ੀਆ ਕਾਨੂੰਨ ਨੇ ਖਿਲਾਏ ਪੁੱਤਰ ਦੀ ਹੱਥ ਜਾਇਦਾਦ ਦੀ ਮਾਲਕ ਧੀ ਹੈ ਪੁੱਤਰ ਨਾ ਮੈਂ ਤਾਂ ਸਾਰੀ ਵਿਰਾਸਤ ਦੀ ਮਾਲਕ ਧੀ ਹੈ लेकिन मैं वकालत पेशा लोग खाते मेरा बाबा ही करता ही वकालत मालिक दर्जे बुलंद करे वकील हके दारा मौलवी नासर मुल्तान आलम दादी जो कोई और ते सैयद ममनून है ना जो तेरी दादी की वकालत करेंदा है वो हर मेंबर ते सैंदा यो कौन नहीं है जो सामने चार भक्त सैयद दादी खड़ी गई ओदा नाम चार के मेंबर ते सैंदा कौन आ जे जहरा दा हर खातिर इस जुर्म में 2 साल पहले 12 सफर लाहौर शहीद हुए सकीना ना बतो चार घंटे के बाद कुर्सी के बहाना ले अंगे चाहे गाँव में किमें आई चाली आयत पड़ी मैं नबी दी धीया मैं प्यो का हक लवन हर बंदे के वास्ते में दुख लगी तो हाय करे कि तेरी हाय मेरे वास्ते नहीं सैयदा दी वकालत वास्ते आमद कराले ऐसा के कौन है किमें आई है कुरान पढ़ के आके मैं प्यो का हक लवन आई हूं बाएं पास मुंह करके अदा जहरा मसले को भूल गए थोड़े बड़े हाय की थी भला वे यार जिन्हें दी हाय निकली अली दी अदियां तेरे तेरा दी हाय निकली है ना ते हंजू डठियां 18 साल का सन बाल सफेद हो गए आते कोई नवा पुत्रां दे सर ते हाथ रखे हसनैन मां दी गवाही दियो जी मैं ईसा मरियम दी दित्ती है हसन हुसैन बोले ना ते सारी मां बतूल है आते बीबी तेरे पुत्र है कोई और गवाह या अली मैं थक पई हूं अली मौला गवाही दित्ती है बीबी तेरा शौहर है कोई और गवाह सलेमान चाचा तेरी गवाही दे दो सहाबी दरबार चुछे आदे तेरे प्यो दे खास नौकर है दो दाइयां दाइयों में है मन के वदी हाथ दे बतूल सच्ची है आदे मैं नहीं मनेंदा घर दी खास नौकरानियां इस सतर वास्ते मौत कबूल है शहादत कबूल है अहमद पुरा लियो जिंदगी तो कोई पता नहीं वतन ले याद रख सो मैं सैयदा दी की वकालत की दी आई एक कमीना दे को मोहम्मद दी लिखी हुई तहरीर एक पेशकार
ਬਾਬਾ ਪੜਦਾ ਕੁੱਪਦੇ ਹੋਏ ਹੱਥਾਂ ਨਾਲ ਅਬਾ ਦੇ ਦਾਮਾ ਨਾਲ ਪਿਓ ਦੀ ਸਨਦ ਖੋਲੀਏ ਆਦੀ ਚਾਚਾ ਸਲੇਮਾਨ ਹੈ ਮੇਰਾ ਬਾਬਾ ਮੁਹੰਮਦ ਜੀ ਕਰਾਂ ਬਣ ਨਹੀਂ ਗਈ ਮਜਲਿਸ ਕਰਬਲਾ ਅਲੀ ਦੀਆਂ ਦਹੀਆਂ ਰਾਜ਼ੀਆਂ ਮੈਂ ਜਿਹੜੇ ਸਹੀ ਆਜ਼ਾਦੀ ਦੀ ਵਕਾਲਤ ਤੇ ਮਾਤਮ ਕਰ ਚਾਚਾ ਕਰਦੇ ਬਾਦ ਵਫਾਤ ਤੇਰੀ ਦੇ ਬਾਬਾ
सजना दे रही मैं चुप कर सोती रही और तख पाए रिया सदर फड़ेगा मैं टुकड़े चुनती बुला के रो तेरा बुलाव डली नहीं आती
ਬੱਚਿਆਂ ਨੂੰ ਯਾਦ ਰਵੇ ਮੈਂ ਲਾਕਰ ਸੈਯਦਾ ਦੇ ਦੁੱਖ ਪੜਿਆ ਭਾਈਆਂ ਜਿਨ੍ਹਾਂ ਦੇ ਔਲਾਦ ਹੋਏ ਫੇਰ ਬੰਦਿਆ ਤੇਰੇ ਪਾ
تیاری میں تو دنیا چاہے طلاق کا رزق ہے تو میں یہودی دی مزدوری کرنا ہے. علی فرمایا میں پیسہ مست نہیں آیا, لوگ میری زوجہ نو گھر بہ کے رومن نہیں دیندے, احسان لا میں باغ وچ کوٹھا پا منڈے اتھے میری زوجہ دھیاں پترا نال لے کے پیو دے گھر وچ رہن. علی دی دھیاں راضی ہو, ماں حسین دی راضی ہو, بڑی قبولیت جھولی پھلا پیوند لا لے
میں بازار مزدوری کی تھی تو گھر بیٹھ کے چرخا کتے ہے ایک جملہ جوانا تبلیغ کا کر چھوڑا جی میں اندے حقوق ہیں میں تو دیتے حقوق ہیں شریعت تو نے پابند کی تھا علی بھائی مار کروں نا کب سے ہاتھ بدل سے قطول حق میرا پکڑا میں معافی مانگا قومی شاہ سلطان تیرے مجھ میں ذہن تے نقش ہو گئی اے اولاد اس بہ کرو سن یا علی تو کیوں معافی مانگتا ہے فرمایا نہیں بھولتا تیری ڈولی جوان میں علی تیرے پیو دے دروازے تے گیا تیرا پیو میرا ہاتھ رکھ کے مینوں وکرا لے گیا میرے کان نال منہ لا کے کہ یا علی میں تے پوتر کوئی نہیں میری ہکا دہی ہے یا علی شریفہ کل دھیاں امانت ہو گیا زہرا دا امین میں نہیں تینوں اللہ بنا مرحبا مرحبا علی دیا دیا حسین میں وڈا میں دعا منگدا تو آمین آکھ میں ہتھاں
ਤੋਂ ਸ਼ਰਮ ਦੇ ਮਰ ਰਹਿਣਾ ਹੈ ਅੱਲਾਹ ਦੇ ਹੱਥੇ ਮੈਂ ਰਿਵਾਇਤ ਪੜ੍ਹੀ ਤਾਏ ਦੁਆਵਾਂ ਮੰਗੀਆਂ ਹਸਨ ਹੁਸੈਨ ਨੇ ਆਮੀ ਨਹੀਂ ਆਖੀ ਹੱਥ ਤਲੇ ਕਰਕੇ ਹਸਨ ਤੇ ਹੁਸੈਨ ਮੈਂ ਦੁਆ ਮੰਗੀ ਹੈ ਤੇ ਆਮੀ ਕਿਉਂ ਨਹੀਂ ਆਖੀ ਮੁਕਦੀ ਹੈ ਮੇਰੇ ਹਿੱਸੇ ਦੀ ਮਜਲਾ ਤੇ ਤਵੱਜੂ ਵਿੱਚ ਬੈਠਾ ਹੈ ਹੁਸੈਨ ਤੇ ਹਸਨ ਫਿਰਾ ਤੂੰ ਹੀ ਅਮੀਰ ਹੈ ਨਾ ਮੈਂ ਅਮੀਰ ਤੁਸਾਂ ਦੋਏ ਅਮੀਰ ਆਵੇ ਤੁਸਾਂ ਆਪਣੇ ਮਿਜ਼ਾਜ ਦੀ ਦੁਆ ਮੰਗੀਏ ਨਾਨੇ ਦੀ ਕਬਰ ਤੇ ਮੱਥਾ ਰੱਖਾ ਆਦੇ ਨਾਨਾ ਹਸਨ ਲੋਕਾਂ ਦਾ ਰਿਹਾ ਹੈ ਅੰਮਾ ਬਿਮਾਰ ਨਹੀਂ ਸਾਡੀ ਮਾਂ ਜ਼ਖਮੀ ਹੈ ਖਾਣਾ ਖਾ ਹੁਸੈਨ ਨਹੀਂ ਹੱਟਿਆ
अंधा चौका